ਹਾਂਜੀ ਸਾਰੇ ਹੀ ਪਿਆਰੇ ਪਿਆਰੇ ਦੋਸਤ ਭੈਣ ਭਰਾਵਾਂ ਨੂੰ ਬਹੁਤ-ਬਹੁਤ ਪਿਆਰ ਆਈ ਹੋਪ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਪ੍ਰਮਾਤਮਾ ਸਾਰਿਆਂ ਦਾ ਭਲਾ ਕਰੇ ਦੋਸਤੋ ਕੁਝ ਕੁ ਮਹੀਨੇ ਪਹਿਲਾਂ ਆਪਾਂ ਐਸੇ ਮੁੰਡੇ ਦੀਆਂ ਬਾਹਰ ਹੋਈਆਂ ਵੀਡੀਓ ਦੇਖੀਆਂ ਸੀ ਇਹਦਾ ਨਾਨਦੀਪ ਮਠਾਰੂ ਇਹਨੇ ਸਲਫਾਇਦਾ ਟੇਸਟ ਦੇਖ ਲਿਆ ਸੀ ਵੀ ਸਲਫਾਇਦਾ ਟੇਸਟ ਕਿਦਾਂ ਦਾ ਹੁੰਦਾ ਇਹਦੀ ਕੋਈ ਗਰਲਫ੍ਰੈਂਡ ਸੀਗੀ ਬਾਹਰ ਮੈਂ ਕਹਾਂ ਸੀ ਤੇ ਉਹਨੇ ਹੋਰ ਕੋਈ ਬੋਏਫ੍ਰੈਂਡ ਲੱਭ ਲਿਆ ਸੀ ਤੇ ਇਹਨੇ ਗੁੱਸੇ ਦੇ ਵਿੱਚ ਆ ਕੇ ਸਲਫਾਇਦਾ ਖਾ ਲਈ ਤੇ ਫਿਰ ਐਂਡੇ ਦਾ ਹਸਪੀਟਲ ਹੋਇਆ ਹਸਪੀਟਲ ਇਹ ਹੈ ਜਿੰਦਗੀ ਤੇ ਮੌਤ ਦੀ ਜਦੋਂ ਜਾਇਰ ਵਿੱਚ ਰਿਹਾ ਕਾਫੀ ਦਿਨ ਹਸਪੀਟਲ ਤੇ ਇਹਦੇ ਪਿਓ ਨੇ ਫਿਰ ਹਸਪੀਟਲ ਦੇ ਬਾਹਰ ਖੜੇ ਹੋ ਕੇ ਵੀਡੀਓ ਪਾਈ ਰੋ ਰੋ ਕੇ ਕਿ ਸਾਢੇ 70 ਕਰਜ਼ਾ ਚੜ ਗਿਆ ਵਾ ਤੇ ਲੋਕ ਮਦਦ ਕਰਨ ਤੇ ਲੋਕਾਂ ਨੇ ਮਦਦ ਕੀਤੀ ਵੀ ਤੇ ਹੁਣ ਇਹਦੀਆਂ ਮੈਂ ਵੀ ਵੀਡੀਓ ਦੇਖਿਆ ਤੁਸੀਂ ਵੀ ਸਾਰੇ ਦੇਖਦੇ ਆ ਇਹਦਾ ਵਿਆਹ ਹੋ ਗਿਆ ਤੇ ਵਿਆਹ ਦੇ ਵਿੱਚ ਜਿੱਥੇ ਸਗਣ ਪੈਂਦਾ ਤੇ ਨੇ ਉੱਥੇ ਆਪਣੇ ਪਿੱਛੇ ਬੌਂਸਰ ਖੜੇ ਕੀਤੇ ਹੋਏ ਆ ਵੱਡੀ ਸਾਰੀ ਕਾਰ ਹਾਇਰ ਕੀਤੀ ਹੋਈ ਆ ਰੂਫ ਦੇ ਵਿੱਚ ਦੀ ਬਾਹਰ ਖੜੇ ਆ ਫਿਰ ਆਹ ਕੀ ਕਹਿੰਦੇ ਕੋਹੜੀ ਦੇ ਉੱਤੇ ਚੜਿਆ ਪੈਸੇ ਵੀ ਬਾਰ-ਬਾਰ ਭੈਣ ਭਰਾਵਾਂ ਤੋਂ ਇਹਨੇ ਸਿੱਟੇ ਤੇ ਮੈਂ ਇਹ ਪੁੱਛਣਾ ਚਾਹੁੰਦੀ ਵੀ ਹੁਣ ਇਹ ਪੈਸਾ ਕਿੱਥੋਂ ਆਇਆ ਕਿ ਕੁਝ ਕੁ ਮਹੀਨੇ ਪਹਿਲਾਂ ਇਹਦੇ ਪਿਓ ਦੇ ਸੱਤੇ ਕਰਜ਼ਾ ਸੀਗਾ ਹੈ ਤੇ ਹੁਣ ਫਿਰ ਵਿਆਹ ਲਈ ਇੰਨਾ ਪੈਸਾ ਕਿੱਥੋਂ ਆ ਗਿਆ ਜਿੱਦਾਂ ਰਾਜੇ ਰਜਵਾੜਿਆਂ ਦੀ ਤਰ੍ਹਾਂ ਇਹਨਾਂ ਨੇ ਵਿਆਹ ਕੀਤਾ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦੀ ਚਾਹੇ ਉਹ ਇੰਡੀਆ ਰਹਿੰਦੇ ਚਾਹੇ ਬਾਹਰਲੇ ਮੌਸਾਜ ਬੰਦਾ ਕ ਬੰਦਾ ਦੇਖ ਕੇ ਮਦਦ ਕਰਿਆ ਕਰੋ ਆਪਾਂ ਸਾਰੇ ਬਹੁਤ ਹਾਰਡ ਵਰਕ ਕਰਦੇ ਆਂ ਜਿੱਥੇ ਮਦਦ ਦੀ ਕਿਸੇ ਨੂੰ ਜ਼ਰੂਰਤ ਹੁੰਦੀ ਆ ਦੇਖਿਆ ਕਰੋ ਤਾਂ ਉੱਥੇ ਮਦਦ ਕਰਨੀ ਚਾਹੀਦੀ ਆ ਨਾ ਕਿ ਪਖੰਡੀਆਂ ਦੀ ਮਦਦ ਕਰਨੀ ਚਾਹੀਦੀ ਆ ਕਿ ਜਿੱਦਾਂ ਇਹਨੇ ਪਖੰਡ ਕੀਤਾ ਸੀਗਾ ਤੇ ਮੈਂ ਖਰਾਬ ਹੋਈ ਕਿ ਜਿੱਦਾਂ ਇਹਨੇ ਪਖੰਡ ਦੇ ਕੀ ਕਰ ਕਰਕੇ ਤੇ ਇਹਨੇ ਜੋ ਵੀ ਹੁੰਦਾ ਵਾ ਮੈਂ ਤਾਂ ਇਹ ਕਹਿੰਦੀ ਵੀ ਭਾਈ ਜੇ ਤੁਹਾਡੇ ਕੋਲ ਪੈਸਾ ਹੈਗਾ ਤਾਂ ਪਾਣੀ ਦੀ ਤਰ੍ਹਾਂ ਬਹਾਵੋ ਵਿਆਹ ਦੇ ਉੱਤੇ ਪਾਣੀ ਦੀ ਤਰ੍ਹਾਂ ਅਸੀਂ ਨਹੀਂ ਕੁਛ ਵੀ ਕਹਿੰਦੇ ਪਰ ਜਿੱਦਾਂ ਪਖਾਨਡ ਕਰ ਕਰਕੇ ਤੇ ਲੋਕਾਂ ਨੂੰ इमोशनल ਬਲੈਕਮੇਲ ਕਰ ਕਰਕੇ ਤੇ ਮਦਦ ਮੰਗਣੀ ਤੇ ਬਾਹ ਦੇ ਵਿੱਚ ਫਿਰ ਇਹਨਾਂ ਦੇ ਵਿਆਹ ਵੀ ਠਾਠਾ ਮਾਰਦੇ ਇਹਨਾਂ ਦੇ ਇੰਨੇ ਮਤਲਬ ਕਿ ਹਾਈ ਫਾਈ ਇਹਨਾਂ ਦੇ ਫਿਰ ਵਿਆਹ ਹੁੰਦੇ ਤੇ ਫਿਰ ਉਹ ਪੈਸਾ ਕਿੱਥੋਂ ਹੁੰਦਾ ਵਾ ਇਹ ਇੱਕ ਕੁਐਸਚਨ ਹੈਗਾ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਭੈਣ ਭਰਾਵਾਂ ਨੂੰ ਵੀ ਮਦਦ ਸੋਚ ਸਮਝ ਕੇ ਕਰਿਆ ਕਰੋ ਜਿੱਥੇ ਮਦਦ ਦੀ ਜਰੂਰਤ ਆ ਉੱਥੇ ਮਦਦ ਕਰਿਆ ਕਰੋ ਨਾ ਕਿ ਪਖੰਡੀਆਂ ਦੀ ਮਦਦ ਕਰਨੀ ओके ख्याल रखियो अपना गॉड ब्लेस माय ऑल फ्रेंड थैंक यू